ਇਹ ਜਿਹੜੇ ਧਾਗੇ ਆ ਸਾਡੇ ਕੋਲ ਪਿੱਛੋਂ ਪਾਠ ਕਰਕੇ ਆਉਂਦੇ ਆ ਜੀ, ਔਰ ਜ਼ਿਆਦਾ ਤੋਂ ਜ਼ਿਆਦਾ 1 ਮਿੰਟ ਤੋਂ 24 ਘੰਟੇ ਦੇ ਵਿੱਚ ਬਿਲਕੁਲ ਸਰਵਾਈਕਲ ਤੋਂ ਆਰਾਮ ਆ ਜਾਂਦਾ। ਅੱਛਾ, ਕਿੰਨੇ ਲੋਕ ਜਿਹੜੇ ਨੇ ਇਸਦਾ ਲਾਭ ਲੈ ਚੁੱਕੇ ਨੇ ਲਾਲ ਧਾਗੇ ਦਾ, ਜਿਨ੍ਹਾਂ ਨੇ ਆਪਣੇ ਸਰਵਾਈਕਲ ਤੋਂ ਰਾਹਤ ਪਾਈ ਹੈ? ਜੀ ਮੇਰੇ ਹਿਸਾਬ ਸਰ ਹੁਣ ਤੱਕ ਮੇਰੇ ਖਿਆਲ ਘੱਟੋ ਘੱਟ 10 ਲੱਖ ਤੋਂ ਉੱਪਰ ਬੰਦਾ ਧਾਗਾ ਪਹੁੰਚ ਚੁੱਕਿਆ। ਕੀ ਸ਼ੁਰੂਆਤ ਕਿੱਦਾਂ ਹੁੰਦੀ ਹੈ ਜੀ? ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਸਰੀਰ ਟੁੱਟਣਾ ਅਤੇ ਗਰਦਨ 'ਤੇ ਭਾਰਾ ਪਾਉਣ, ਗਰਦਨ 'ਤੇ ਕੜਾਅ ਆਉਂਦਾ ਅਤੇ ਹੌਲੀ ਹੌਲੀ ਉਹ ਸਵੈਲ ਰਹਿਣ ਲੱਗ ਜਾਂਦੀ ਹੈ ਅਤੇ ਉਹ ਵੱਧਦੀ ਸਿਰ ਦੇ ਚੱਕਰਾਂ ਦਾ ਵੀ ਕਾਰਨ ਬਣ ਜਾਂਦੀ, ਜਿਹੜੀ ਸਰਵਾਈਕਲ ਦੀ ਸਟੇਜ ਹੈ ਜੀ। ਉੱਥੇ ਇੱਕ ਵਾਰੀ ਤੁਹਾਡਾ ਸਰਵਾਈਕਲ ਚੈੱਕ ਕਰਕੇ ਨਾਲ ਹੀ ਤੁਹਾਨੂੰ ਸਮਝਾ ਦਿੱਤਾ ਜਾਂਦਾ ਕਿ ਤੁਸੀਂ ਆਹ ਚੀਜ਼ਾਂ ਦਾ ਪ੍ਰਯੋਗ ਕਰਨਾ। ਇਹ ਬਿਲਕੁਲ ਫ੍ਰੀ ਸੇਵਾ ਹੈ ਜੀ, ਇਹ ਸਰਵਾਈਕਲ ਦੀ ਸੇਵਾ ਨੂੰ ਮੈਨੂੰ ਕਰਦੇ ਘੱਟੋ ਘੱਟ 17 ਸਾਲ ਹੋ ਗਏ ਅਤੇ ਇਹ ਫ੍ਰੀ ਹੀ ਚੱਲ ਰਹੀ ਹੈ ਜੀ। ਸਾਰੇ ਫ੍ਰੀ, ਕੋਈ ਵੀ ਪੈਸਾ ਨਹੀਂ ਲੈਂਦੇ ਤੁਸੀਂ ਸਰਵਾਈਕਲ ਦੇ ਧਾਗੇ ਦਾ? ਕੋਈ ਵੀ ਪੈਸਾ ਨਹੀਂ। ਦੇਖੋ ਜੀ, ਜੇ ਤੁਹਾਨੂੰ ਜ਼ਰੂਰਤ ਹੈਗਾ ਫੋਨ, ਲੈਪਟੋਪ, ਗਰਦਨ ਝੁਕਾਉਣ ਵਾਲੇ ਕੰਮ, ਜਿੰਨੀ ਜ਼ਰੂਰਤ ਹੈ ਅਤੇ ਉਹਦਾ ਕਰੋ, ਔਰ ਕੋਸ਼ਿਸ਼ ਕਰੋ ਜੇ ਤੁਹਾਡੀ ਉਹ ਲਾਈਨ ਜ਼ਿਆਦਾ ਵੈ। ਮੈਂ ਤੁਹਾਨੂੰ ਇੱਕ ਐਕਸਰਸਾਈਜ਼ ਦੱਸ ਦੇਣਾ, ਇਹ ਗਰਦਨ ਨੂੰ ਇੱਕ ਵਾਰੀ ਰਾਈਟ। ਜ਼ਿਆਦਾ ਇਫੈਕਟ ਕਿਹਨੂੰ ਕਰਦਾ, ਬੱਚਿਆਂ ਨੂੰ ਜਾਂ ਵੱਡਿਆਂ ਨੂੰ? ਜ਼ਿਆਦਾ ਇਫੈਕਟ ਹੈ ਜੀ ਇਸ ਟਾਈਮ ਜਿਹੜੀ ਹੈ 20 ਸਾਲ ਦੀ ਉਮਰ ਤੋਂ ਲੈ ਕੇ ਸਾਡੇ ਕੋਲ 60 ਸਾਲ ਤੱਕ ਦੇ ਪੇਸ਼ੈਂਟ ਜਿਹੜੇ ਹੈਗੇ ਆ, ਜ਼ਿਆਦਾ 55 ਸਾਲ ਜਿਹੜੇ ਮੋਬਾਈਲ ਜ਼ਿਆਦਾ ਚਲਾਉਂਦੇ ਆ ਉਹ ਲੋਕਾਂ ਨੂੰ ਜ਼ਿਆਦਾ ਪ੍ਰੋਬਲਮ ਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਅਤੇ ਮੈਂ ਜੈ ਕੁਮਾਰ। ਅੱਧੀ ਦੁਨੀਆ ਸਰਵਾਈਕਲ ਤੋਂ ਪਰੇਸ਼ਾਨ ਹੈ, ਸਰਵਾਈਕਲ ਦਾ ਇਲਾਜ ਨਹੀਂ ਲੱਭ ਰਿਹਾ, ਸਰਵਾਈਕਲ ਤੋਂ ਦਿਨ ਪਰ ਦਿਨ ਜਿਹੜੇ ਲੋਕ ਨੇ ਖੱਜਲ ਖਵਾਰ ਹੋ ਰਹੇ ਨੇ, ਤਾਂ ਉਸਦਾ ਇਲਾਜ ਜਿਹੜਾ ਵੈ ਲੈ ਕੇ ਪਹੁੰਚੇ ਨੇ ਸਾਡੇ ਨਾਲ ਗਗਨਦੀਪ ਜੈਨ ਜੀ, ਜੋ ਇੱਕ ਲਾਲ ਧਾਗੇ ਦੇ ਵਿੱਚ ਉਸਦਾ ਇਲਾਜ ਜਿਹੜਾ ਬੰਦ ਹੈਗਾ, ਅਤੇ ਗੱਲਬਾਤ ਵੀ ਕਰਾਂਗੇ। ਮੇਰੇ ਨਾਲ ਗਗਨਦੀਪ ਜੀ ਮੌਜੂਦ ਨੇ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਨਮਸਕਾਰ ਜੀ। ਸਰ ਕਿਵੇਂ ਕਰਦੇ ਹਾਂ ਤੁਸੀਂ ਲਾਲ ਧਾਗੇ? ਤੁਸੀਂ ਕਹਿੰਦੇ ਵੀ ਲਾਲ ਧਾਗੇ ਨਾਲ ਪੂਰੇ ਸਰਵਾਈਕਲ ਦਾ ਇਲਾਜ ਜਿਹੜਾ ਵੈ ਉਹ ਤੁਸੀਂ ਕਰ ਦਿੰਦੇ, ਵੀ ਜੜੋਂ ਖਤਮ ਹੋ ਜਾਂਦਾ, ਕਿਵੇਂ ਕਰਦੇ ਤੁਸੀਂ ਇਹ? ਇੱਕ ਸਰਵਾਈਕਲ ਲਈ ਅਸੀਂ ਸਿੰਪਲ ਜੀ ਇੱਕ ਸੇਵਾ ਕਰੀ ਦੀ ਹੈ ਇੱਕ ਧਾਗੇ ਦੀ। ਅੱਜ ਤੋਂ ਨਹੀਂ, ਮੈਨੂੰ ਇਹ ਘੱਟੋ ਘੱਟ 17 ਸਾਲ ਹੋ ਗਏ ਜੀ। ਪੂਰੇ ਪੰਜਾਬ 'ਚ ਮੇਰੇ ਖਿਆਲ ਮੈਂ ਪਹਿਲਾ ਸ਼ਖਸ ਸੀਗਾ ਜਿਹਨੇ ਸ਼ੁਰੂ ਕੀਤੀ ਸੀ ਇਹ ਸੇਵਾ ਜੀ। ਇਹ ਜਿਹੜੇ ਧਾਗੇ ਆ ਸਾਡੇ ਕੋਲ ਪਿੱਛੋਂ ਪਾਠ ਕਰਕੇ ਆਉਂਦੇ ਆ ਜੀ, ਅਤੇ ਅਸੀਂ ਵੀ ਆ ਜਿਹੜੇ ਉਹ ਪੇਸ਼ੈਂਟ ਨੂੰ ਜਿਹੜੇ ਪਵਾਈਦੇ ਆ ਉਹ ਇੱਕ ਨਿਯਮ ਔਰ ਸਿਸਟਮ ਦੇ ਨਾਲ ਪਵਾਈਦੇ ਆ ਅਤੇ ਕੁਛ ਖਾਣ ਦਾ ਪਰਹੇਜ਼ ਦੱਸੀਦਾ, ਔਰ ਜ਼ਿਆਦਾ ਤੋਂ ਜ਼ਿਆਦਾ 1 ਮਿੰਟ ਤੋਂ 24 ਘੰਟੇ ਦੇ ਵਿੱਚ ਬਿਲਕੁਲ ਸਰਵਾਈਕਲ ਤੋਂ ਆਰਾਮ ਆ ਜਾਂਦਾ ਜੀ। ਔਰ ਇਹ ਇੰਨਾ ਕੁ ਚੱਲ ਰਿਹਾ ਸਾਡੇ ਕੋਲ, ਇੰਨੀ ਕੁ ਅਸੀਂ ਸੇਵਾ ਕਰ ਰਹੇ ਹਾਂ, ਇਹ ਫ੍ਰੀ ਸੇਵਾ ਹੈ ਜੀ ਔਰ ਕਾਫੀ ਦੇਰ ਤੋਂ ਚੱਲਦੀ ਆ ਰਹੀ ਹੈ। ਸਰ ਕਿੰਨੇ ਕੁ ਸਮੇਂ ਤੋਂ ਕਰ ਰਹੇ ਹੋ ਤੁਸੀਂ, ਮਤਲਬ ਤੁਸੀਂ ਆਪ ਸ਼ੁਰੂ ਕੀਤਾ ਜਾਂ ਕਾਫੀ ਚਿਰ ਪਹਿਲਾਂ ਚੱਲਦਾ ਪਿਆ ਤੁਹਾਡੇ? ਇਹ ਜੀ ਮੈਂ ਸ਼ੁਰੂ ਕੀਤਾ ਸੀ, ਮੇਰੇ ਗੁਰੂ ਨੇ ਸ਼ੁਰੂ ਕਰਾਇਆ ਸੀ, ਔਰ ਮੈਨੂੰ ਇਸ ਨੂੰ ਸ਼ੁਰੂ ਕੀਤੇ ਹੋਏ ਘੱਟੋ ਘੱਟ 16-17 ਸਾਲ ਹੋ ਗਏ। ਅੱਛਾ, ਕਿੰਨੇ ਲੋਕ ਜਿਹੜੇ ਨੇ ਇਸਦਾ ਲਾਭ ਲੈ ਚੁੱਕੇ ਨੇ ਲਾਲ ਧਾਗੇ ਦਾ, ਜਿਨ੍ਹਾਂ ਨੇ ਆਪਣੇ ਸਰਵਾਈਕਲ ਤੋਂ ਰਾਹਤ ਪਾਈ ਹੈ? ਜੀ ਮੇਰੇ ਹਿਸਾਬ ਸਰ ਹੁਣ ਤੱਕ ਮੇਰੇ ਖਿਆਲ ਘੱਟੋ ਘੱਟ 10 ਲੱਖ ਤੋਂ ਉੱਪਰ ਬੰਦਾ ਧਾਗਾ ਪਹੁੰਚ ਚੁੱਕਿਆ ਜੀ। ਠੀਕ ਵੀ ਹੋਏ ਨੇ ਸਰ ਉਹ? ਹਾਂਜੀ ਬਿਲਕੁਲ, ਔਰ ਸਾਡੇ ਕੋਲ ਉਹਨਾਂ ਦੇ ਰਿਵਿਊ ਵੀ ਹੈ ਲੋਕਾਂ ਦੇ, ਜਿਹੜੇ ਆ ਕੇ ਕਹਿੰਦੇ ਔਰ ਦੂਜਿਆਂ ਨੂੰ ਲੈ ਕੇ ਆਉਂਦੇ ਕਿ ਉਹਨਾਂ ਸਾਨੂੰ ਬਹੁਤ ਫਰਕ ਹੈ ਜੀ। ਅੱਛਾ ਗੱਗਾ ਜੀ, ਸਰਵਾਈਕਲ ਦੇ ਲੱਛਣ ਕੀ ਨੇ, ਕਿਵੇਂ ਪਤਾ ਲੱਗਦਾ ਕਿ ਵੀ ਇਹ ਸਰਵਾਈਕਲ ਦਾ ਹੀ ਪੇਨ ਹੈਗਾ? ਸਰਵਾਈਕਲ ਦੇ ਵਿੱਚ ਗਰਦਨ ਚਕੜਾ ਜਾਂਦਾ ਔਰ ਕਈ ਵਾਰੀ ਚੱਕਰ ਆਉਂਦੇ ਆ, ਚੱਕਰ ਦਾ ਹਲੇ ਇੰਨਾ ਮੋਟਿਵ ਨਹੀਂ ਪੈਂਦਾ ਜੀ। ਮੇਨ ਜਿਹੜਾ ਪੈਂਦਾ ਕਿ ਆਪਾਂ ਨੂੰ ਸਿਰਫ ਗਰਦਨ ਦੇ ਅਕੜਾ ਆਹ ਜਿਹੜੀ ਚੀਜ਼ਾਂ ਸੈਂਟਰ ਦੇ ਵਿੱਚ ਪੇਨ, ਇਹ ਸਰਵਾਈਕਲ ਦੀ ਨਿਸ਼ਾਨੀ ਆ, ਔਰ ਜਗ੍ਹਾ 'ਤੇ ਸਵੈਲਿੰਗ ਵੀ ਹੋ ਜਾਂਦੀ ਹੈ ਔਰ ਜਗ੍ਹਾ ਭਾਰੀ ਹੋ ਜਾਂਦੀ ਹੈ। ਸਰ ਕਾਰਨ ਕੀ ਹੈ ਸਰਵਾਈਕਲ ਦੇ ਵਧਣ ਦਾ, ਕਿਉਂਕਿ ਅੱਜ ਕੱਲ੍ਹ ਜੇ ਦੇਖੀਏ ਤਾਂ ਅੱਧੀ ਦੁਨੀਆ ਸਰਵਾਈਕਲ ਦੇ ਪੇਨ ਤੋਂ ਪਰੇਸ਼ਾਨ ਹੈ, ਇਲਾਜ ਉਹਨਾਂ ਨੂੰ ਨਹੀਂ ਲੱਭ ਰਿਹਾ, ਕੀ ਕਾਰਨ ਕੀ ਹੈ ਇਹਨਾਂ ਦੇ? ਸਰਵਾਈਕਲ ਦਾ ਜਿਹੜਾ ਮੇਨ ਕਾਰਨ ਹੈ ਜੀ ਉਹ ਹੈ ਗਰਦਨ ਨੂੰ ਝੁਕਾ ਕੇ ਰੱਖਣਾ। ਅੱਜ ਕੱਲ੍ਹ ਦੁਨੀਆ ਫਾਸਟ ਹੈ ਜੀ, ਮੋਬਾਈਲ ਦਾ ਪ੍ਰਯੋਗ ਬਹੁਤ ਜ਼ਿਆਦਾ ਹੁੰਦਾ ਵੈ,
ਅਤੇ ਲੈਪਟੋਪ ਦਾ ਪ੍ਰਯੋਗ ਬਹੁਤ ਜ਼ਿਆਦਾ ਹੁੰਦਾ ਵਾ, ਗਰਦਨ ਝੁਕਾਉਣ ਦੇ ਕੰਮ ਬਹੁਤ ਜ਼ਿਆਦਾ, ਖਾਣ ਪੀਣ 'ਚ ਬਹੁਤ ਫਰਕ ਆ ਗਿਆ, ਬਾਏ ਵਾਲੀ ਚੀਜ਼ਾਂ ਵੱਧ ਗਈਆਂ, ਉਹਦੇ ਕਰਕੇ ਗਰਦਨ ਚਕੜਾ ਜਾਂਦਾ ਅਤੇ ਸਰਵਾਈਕਲ ਸ਼ੁਰੂ ਹੋ ਜਾਂਦਾ ਜੀ। ਸਰ ਇਹ ਜਿਹੜਾ ਧਾਗਾ ਹੈਗਾ ਤੁਹਾਡੇ ਕੋਲ, ਇਹ ਸਿਰਫ ਲਾਲ ਖਾਸ ਕਰ ਕਿਉਂ ਹੈਗਾ? ਕਿਉਂਕਿ ਇਹ ਸਾਨੂੰ ਪਿੱਛੋਂ ਲਾਲ ਧਾਗੇ 'ਚ ਦੱਸਿਆ ਗਿਆ, ਔਰ ਇਹਦਾ ਇੱਕ ਨਿਸ਼ਚਿਤ ਸਾਈਜ਼ ਹੈ, ਇਹ ਸਾਈਜ਼ ਵੀ ਬਹੁਤ ਮੈਟਰ ਕਰਦਾ ਜੀ ਨਾਲ, ਕਿਉਂਕਿ ਲੰਬੇ ਧਾਗੇ ਵੀ ਕਈ ਮੈਂ ਦੇਖੇ, ਹੁਣ ਤਾਂ ਲੋਕ ਹੋਰ ਵੀ ਕਈ ਪਾਉਂਦੇ ਆ, ਪਰ ਉਹ ਪਤਾ ਨਹੀਂ ਮੈਨੂੰ ਕਿਸ ਹਿਸਾਬ ਸਿਰ ਕਿਵੇਂ ਹੈ, ਪਰ ਉਹ ਮੇਰੇ ਹਿਸਾਬ ਸਿਰ ਵਰਕ ਨਹੀਂ ਕਰਦੇ, ਕਿਉਂਕਿ ਇਹ 'ਚ ਇੱਕ ਸਾਈਜ਼ ਹੈ ਜਿਹੜਾ ਬਹੁਤ ਜ਼ਿਆਦਾ ਨਾਲ ਕੰਮ ਕਰਦਾ। ਕਿੱਥੋਂ ਕਿੱਥੋਂ ਲੋਕ ਆਉਂਦੇ ਨੇ ਤੁਹਾਡੇ ਕੋਲ? ਮੇਰੇ ਕੋਲ ਜੀ ਪੂਰਾ ਪੰਜਾਬ, ਪੂਰਾ ਇੰਡੀਆ ਤੋਂ ਹੀ ਬੰਦੇ ਆਉਂਦੇ ਜੀ ਮੇਰੇ ਕੋਲ, ਕਿਉਂਕਿ ਪੰਜਾਬ 'ਚ ਤਾਂ ਬਹੁਤ ਜ਼ਿਆਦਾ ਲੋਕਾਂ ਨੂੰ ਪਤਾ ਨਾ ਇਹਦੇ ਬਾਰੇ, ਔਰ ਮੇਰੇ ਕੋਲ ਜ਼ਿਆਦਾ ਪੰਜਾਬ ਔਰ ਇੰਡੀਆ ਤੋਂ ਲੋਕ ਆਉਂਦੇ ਜੀ। ਕਈ ਵਾਰੀ ਲੋਕਾਂ ਨੂੰ ਸਰ ਪਤਾ ਨਹੀਂ ਹੁੰਦਾ ਵੀ ਇਹ ਪੇਨ ਜਿਹੜਾ ਹੋ ਰਿਹਾ ਕੀ ਹੈਗਾ, ਕੀ ਚੀਜ਼ ਹੈਗਾ, ਵਾਕਈ ਸਰਵਾਈਕਲ ਹੈ ਜਾਂ ਕੀ, ਮਤਲਬ ਸਮਝ ਨਹੀਂ ਆਉਂਦਾ। ਮੈਂ ਜੇ ਕਿਸੇ ਨੂੰ ਇਸ ਤਰ੍ਹਾਂ ਦੇ ਲੱਛਣ ਪਤਾ ਲੱਗਦੇ ਨੇ ਵੀ ਮੇਰੇ ਇੱਥੋਂ ਪੇਨ ਹੋ ਰਿਹਾ, ਇੱਥੋਂ ਫਿਰ ਕੀ ਸ਼ੁਰੂਆਤ ਕਿੱਦਾਂ ਹੁੰਦੀ ਇਹਦੀ? ਸ਼ੁਰੂਆਤ ਦੇ ਵਿੱਚ ਸਭ ਨਾਲ ਪਹਿਲਾਂ ਸਰੀਰ ਟੁੱਟਣਾ ਅਤੇ ਗਰਦਨ 'ਤੇ ਭਾਰਾਪਨ, ਗਰਦਨ 'ਤੇ ਕੜਾ ਆਉਂਦਾ ਅਤੇ ਹੌਲੀ ਹੌਲੀ ਉਹ ਸਵੈਲ ਰਹਿਣ ਲੱਗ ਜਾਂਦੀ ਹੈ ਅਤੇ ਉਹ ਵੱਧਦੀ ਸਿਰ ਦੇ ਚੱਕਰਾਂ ਦਾ ਵੀ ਕਾਰਨ ਬਣ ਜਾਂਦੀ, ਜਿਹੜੀ ਸਰਵਾਈਕਲ ਦੀ ਸਟੇਜ ਹੈ ਜੀ। ਕਿੱਥੋਂ ਸ਼ੁਰੂ ਹੁੰਦਾ ਇਹ ਪੇਨ? ਪੇਨ ਗਰਦਨ ਤੋਂ ਸਟਾਰਟ ਹੁੰਦਾ ਜੀ। ਕਿੱਥੇ ਤੱਕ ਜੇ ਗੱਲ ਕਰੀਏ ਵੱਧਦੇ ਵੱਧਦੇ ਕਿੰਨਾ ਕੁ ਹਾਨੀਕਾਰਕ ਹੋ ਸਕਦਾ ਲੋਕਾਂ ਦੇ ਲਈ? ਹਾਨੀਕਾਰਕ ਤਾਂ ਇਹ ਬਹੁਤ ਜ਼ਿਆਦਾ ਜੀ, ਕਿਉਂਕਿ ਜੇ ਤੁਹਾਡੀ ਗਰਦਨ 'ਤੇ ਕੜਾਇਆ, ਇੱਕ ਤਾਂ ਤੁਹਾਨੂੰ ਇਹਨਾਂ ਬੇਚੈਨੀ, ਉਲਟੀਆਂ, ਸਰਦਰਦ, ਗਰਦਨ 'ਚ ਭਾਰੀਪਨ, ਮੋਢੇ ਭਾਰੀ, ਇਹ ਚੀਜ਼ਾਂ ਦਾ ਤਕਰੀਬਨ ਹੋਣ ਲੱਗ ਜਾਂਦਾ ਔਰ ਉਹਦੇ ਪਰੇਸ਼ਾਨੀ ਦਾ ਸਬਬ ਬਣ ਜਾਂਦਾ। ਉਪਾਏ ਕੀ ਦੱਸ ਦਿਓ ਤੁਸੀਂ ਕਿ ਵੀ ਇਹਦੇ ਨਾਲ ਧਾਗਾ ਲੈ ਕੇ ਜਾਣਾ ਹੈਗਾ, ਕਿਵੇਂ ਇਸ ਨੂੰ ਪਾਉਣਾ ਹੈਗਾ, ਕੀ ਕੁਛ ਉਪਾਏ ਜਿਹੜਾ ਕਰਨਾ ਹੈਗਾ? ਇਹ ਤੁਹਾਨੂੰ ਜਦ ਤੁਸੀਂ ਸਾਡੇ ਕੋਲ ਆਉਂਦੇ ਹਾਂ, ਇਹ ਫ੍ਰੀ ਸੇਵਾ ਜੀ, ਉੱਥੇ ਇੱਕ ਵਾਰੀ ਤੁਹਾਡਾ ਸਰਵਾਈਕਲ ਚੈੱਕ ਕਰਕੇ ਨਾਲ ਹੀ ਤੁਹਾਨੂੰ ਸਮਝਾ ਦਿੱਤਾ ਜਾਂਦਾ ਕਿ ਤੁਸੀਂ ਆਹ ਚੀਜ਼ਾਂ ਦਾ ਪ੍ਰਯੋਗ ਕਰਨਾ, ਖਾਣ ਪਾਣ 'ਚ ਇਹ ਚੀਜ਼ਾਂ ਦਾ ਪ੍ਰਯੋਗ ਲਗਾਉਣਾ। ਜੇ ਸਾਨੂੰ ਵਾਤ ਦਾ ਪੇਸ਼ੈਂਟ ਲੱਗਦਾ ਤਾਂ ਉਹਨੂੰ ਕਹੀਦਾ ਕਿ ਕੋਸ਼ਿਸ਼ ਕਰੀ ਤੁਸੀਂ ਵਾਤ ਦੀ ਚੀਜ਼ਾਂ ਘਟਾ ਦਿਓ, ਅਤੇ ਬਾਕੀ ਸਰਵਾਈਕਲ ਦੇ ਧਾਗੇ ਦਾ, ਸਰਵਾਈਕਲ ਦਾ ਤਾਂ ਉਹਨਾਂ ਨੂੰ ਰਿਜ਼ਲਟ ਸਿਰਫ 1 ਮਿੰਟ ਤੋਂ 24 ਘੰਟੇ ਦੇ ਵਿੱਚ ਆ ਜਾਂਦਾ। ਖਾਣ ਪੀਣ ਦਾ ਵੀ ਪਰਹੇਜ਼ ਰੱਖਣਾ ਪੈਂਦਾ ਇਹਦੇ? ਖਾਣ ਪੀਣ 'ਚ ਅਸੀਂ ਬਾਏ ਵਾਲੀ ਚੀਜ਼ਾਂ ਦਾ ਪਰਹੇਜ਼ ਕਰਵਾ ਦਈਦਾ ਜੀ ਨਾਲ। ਅਤੇ ਸਰ ਜੇ ਤੁਹਾਨੂੰ ਕਿਸੇ ਨੇ ਮਿਲਣਾ ਹੋਵੇ ਤਾਂ ਪਹਿਲੀ ਗੱਲ ਤਾਂ ਇਹ ਜਾਣਨਾ ਚਾਹਾਂਗੇ ਵੀ ਇਹ ਬਿਲਕੁਲ ਫ੍ਰੀ ਦਿੰਦੇ ਆ ਧਾਗਾ ਤੁਸੀਂ? ਇਹ ਬਿਲਕੁਲ ਫ੍ਰੀ ਸੇਵਾ ਹੈ ਜੀ, ਇਹ ਸਰਵਾਈਕਲ ਦੀ ਸੇਵਾ ਨੂੰ ਮੈਨੂੰ ਕਰਦੇ ਘੱਟੋ ਘੱਟ 17 ਸਾਲ ਹੋ ਗਏ ਅਤੇ ਇਹ ਫ੍ਰੀ ਹੀ ਚੱਲ ਰਹੀ ਹੈ ਜੀ। ਸਾਰੇ ਫ੍ਰੀ, ਕੋਈ ਵੀ ਪੈਸਾ ਨਹੀਂ ਲੈਂਦੇ ਤੁਸੀਂ ਸਰਵਾਈਕਲ ਦੇ ਧਾਗੇ ਦਾ? ਕੋਈ ਵੀ ਪੈਸਾ ਨਹੀਂ ਜੀ। ਅਤੇ ਸਰ ਜੇ ਕਿਸੇ ਨੇ ਤੁਹਾਨੂੰ ਮਿਲਣਾ ਹੋਵੇ, ਜੇ ਤੁਹਾਡੇ ਕੋਲ ਆਉਣਾ ਹੋਵੇ ਤਾਂ ਕਿੱਥੇ ਆਉਣੇ ਧਾਗੇ ਨੂੰ ਲੈਣ? ਇਹ ਤੁਸੀਂ ਲੁਧਿਆਣੇ ਘੰਟਾ ਘਰ ਦੇ ਕੋਲ ਸਰਾਫਾ ਬਾਜ਼ਾਰ ਹੈ ਜੀ, ਸਾਬਣ ਬਾਜ਼ਾਰ ਦੇ ਸਾਹਮਣੇ। ਸਾਡੀ ਫਰਮ ਦਾ ਨਾਮ ਹੈ ਹਕੀਮ ਨਰਾਇਣ ਦਾਸ ਲੱਭੂ ਰਾਮ ਜੈਨ, ਮੋਬਾਈਲ ਨੰਬਰ ਹੈ 94 170 50 496 ਜੀ। ਇਹ ਔਨਲਾਈਨ ਵੀ ਤੁਸੀਂ ਡਿਲੀਵਰ ਕਰਦੇ ਜਾਂ ਫਿਰ ਕੋਈ ਸ਼ੋਪ 'ਤੇ ਹੀ ਆ ਕੇ ਤੁਹਾਡੇ ਕੋਲ ਲਵੇ? ਦੇਖੋ ਜੀ, ਇਹ ਸਰਵਾਈਕਲ ਦੇ ਕੁਛ ਸੇਵਾਵਾਂ ਹੁੰਦੀਆਂ, ਕੁਛ ਨਹੀਂ ਹੈ, ਅਸੀਂ ਤੁਹਾਨੂੰ ਉੱਥੇ ਹੀ ਸਮਝਾਉਣਾ। ਵੈਸੇ ਅਸੀਂ ਇਹੀ ਕਹਿੰਦੇ ਹਾਂ ਕਿ ਤੁਸੀਂ ਸਾਡੇ ਕੋਲ ਆਓ, ਉੱਥੇ 10 ਮਿੰਟ ਬੈਠੋ, ਇਹ ਧਾਗਾ ਲਾਓ ਅਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਉੱਥੇ ਹੀ ਪਾ ਕੇ ਤੁਸੀਂ ਆਪਣਾ ਤੁਸੀਂ ਜਾ ਸਕਦੇ ਹੋ ਵਾਪਸ, ਅਤੇ ਉਹਦੇ ਵਿੱਚ ਤੁਹਾਨੂੰ ਕੁਛ ਵਿਧੀ ਨਾਲ ਹੋਰ ਸਮਝਾਈ ਜਾਂਦੀ ਹੈ, ਜਿਵੇਂ ਅਸੀਂ ਗਊਸ਼ਾਲਾ ਵਗੈਰਾ ਦੀ ਸੇਵਾ ਲੈਂਦੇ ਹਾਂ ਜਾਂ ਹੋਰ ਸਿਸਟਮ ਹੈ, ਉਹ ਸਾਰਾ ਨਾਲ ਤੁਹਾਨੂੰ ਸਮਝਾ ਦਿੱਤਾ ਜਾਂਦਾ ਉੱਥੇ। ਵੈਸੇ ਲੋਕਾਂ ਨੂੰ ਵੈਸੇ ਕੋਈ ਉਪਾਅ ਹੈਗਾ ਜੀ ਬਚ ਸਕਣ, ਕਿਉਂਕਿ ਜਿਸ ਤਰ੍ਹਾਂ ਲੋਕ ਫੋਨ ਦਾ ਉਪਯੋਗ ਬਹੁਤ ਜ਼ਿਆਦਾ ਕਰਦੇ ਨੇ, ਵੈਸੇ ਕੋਈ ਨੋਰਮਲ ਉਪਾਅ ਕਿ ਮਤਲਬ ਜ਼ਰੂਰਤ ਨਾ ਪਵੇ ਲੋਕਾਂ ਨੂੰ ਇਸ ਤਰ੍ਹਾਂ ਦੇ ਖੱਜਲ ਖੁਆਰ ਹੋਣ 'ਚ? ਦੇਖੋ ਜੀ, ਜੇ ਤੁਹਾਨੂੰ ਜ਼ਰੂਰਤ ਹੈਗਾ ਫੋਨ, ਲੈਪਟੋਪ, ਗਰਦਨ ਝੁਕਾਉਣ ਵਾਲੇ ਕੰਮ, ਜਿੰਨੀ ਜ਼ਰੂਰਤ ਹੈ ਤਾਂ ਉਹਦਾ ਕਰੋ, ਔਰ ਕੋਸ਼ਿਸ਼ ਕਰੋ ਜੇ ਤੁਹਾਡੀ ਉਹ ਲਾਈਨ ਜ਼ਿਆਦਾ ਵੈ। ਮੈਂ ਤੁਹਾਨੂੰ ਇੱਕ ਐਕਸਰਸਾਈਜ਼ ਦੱਸ ਦੇਣਾ, ਇਹ ਗਰਦਨ ਨੂੰ ਇੱਕ ਵਾਰੀ ਰਾਈਟ, ਲੈਫਟ, ਅਪ, ਡਾਊਨ, ਇਹਨੂੰ ਕਰਦੇ ਹੋਏ ਘੱਟੋ ਘੱਟ 1 ਵਾਰੀ 'ਚ 10 ਵਾਰੀ ਕਰੋ, ਜਦ ਤੁਹਾਨੂੰ 1 ਘੰਟੇ ਤੋਂ 1.5 ਘੰਟਾ ਗਰਦਨ ਝੁਕਾਉਣ ਦਾ ਕੰਮ ਹੋ ਗਿਆ, ਅਤੇ ਉਹਦੇ ਨਾਲ ਤੁਸੀਂ ਥੋੜ੍ਹਾ ਜਿਹਾ ਤੋਂ ਬਚ ਸਕਦੇ ਹੋ, ਕਿਉਂਕਿ ਉਹਦੇ 'ਚ ਖੂਨ ਦਾ ਦੌਰਾ ਬਰਾਬਰ ਹੋ ਜਾਂਦਾ, ਨਹੀਂ ਤਾਂ ਖੂਨ ਦਾ ਦੌਰਾ ਰੁਕਦਾ ਜੀ, ਉਹਦੇ ਕਰਕੇ ਇਹ ਪ੍ਰੋਬਲਮ ਹੁੰਦੀ ਹੈ। ਜ਼ਿਆਦਾ ਇਫੈਕਟ ਕਿਹਨੂੰ ਕਰਦਾ, ਬੱਚਿਆਂ ਨੂੰ ਜਾਂ ਵੱਡਿਆਂ ਨੂੰ? ਜ਼ਿਆਦਾ ਇਫੈਕਟ ਹੈ ਜੀ ਇਸ ਟਾਈਮ ਜਿਹੜੀ ਹੈ 20 ਸਾਲ ਦੀ ਉਮਰ ਤੋਂ ਲੈ ਕੇ ਸਾਡੇ ਕੋਲ
60 ਸਾਲ ਤੱਕ ਦੇ ਪੇਸ਼ੈਂਟ ਜਿਹੜੇ ਹੈਗੇ ਆ ਜ਼ਿਆਦਾ, 55 ਸਾਲ ਜਿਹੜੇ ਮੋਬਾਈਲ ਜ਼ਿਆਦਾ ਚਲਾਉਂਦੇ ਆ ਉਹ ਲੋਕਾਂ ਨੂੰ ਜ਼ਿਆਦਾ ਪ੍ਰੋਬਲਮ ਆ, ਬੱਚਿਆਂ ਨੂੰ ਖਾਸ ਕਰ। ਹਾਂਜੀ, 20 ਸਾਲ ਤੋਂ ਬਾਅਦ ਜਿਹੜੇ ਆ ਉਹਨਾਂ ਨੂੰ ਜ਼ਿਆਦਾ ਵਾ। ਠੀਕ ਹੈ, ਤਾਂ ਗੱਲਬਾਤ ਕੀਤੀ ਵੈਦ ਗਗਨਦੀਪ ਜੈਨ ਜੀ ਨਾਲ, ਜਿਨ੍ਹਾਂ ਨੇ ਸਾਰਾ ਉਪਾਅ ਦੱਸਿਆ ਹੈਗਾ ਅਤੇ ਲਾਲ ਧਾਗਾ ਤੁਹਾਨੂੰ ਬਿਲਕੁਲ ਫਰੀ ਦੇ ਵਿੱਚ ਦੇਣਗੇ, ਐਡਰੈਸ ਵੀ ਤੁਹਾਨੂੰ ਮੈਨਸ਼ਨ ਕੀਤਾ ਹੈ। ਤਾਂ ਸਰਵਾਈਕਲ ਤੋਂ ਜਿਵੇਂ ਗੱਲ ਕਰੀਏ ਤਾਂ ਅੱਜ ਕੱਲ੍ਹ ਬੱਚੇ ਵੀ ਬਹੁਤ ਜ਼ਿਆਦਾ ਪਰੇਸ਼ਾਨ ਨੇ ਕਿਉਂਕਿ ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤ ਫੋਨਾਂ ਦੇ ਵਿੱਚ ਲੱਗੇ ਹੁੰਦੇ ਨੇ, ਤਾਂ ਕਰਕੇ ਉਹਨਾਂ ਨੂੰ ਸਰਵਾਈਕਲ ਦਾ ਜਿਹੜਾ ਪੇਨ ਹੈ ਇਹ ਲੋਕਾਂ ਨੂੰ ਆਮ ਹੋਣ ਲੱਗ ਗਿਆ। ਤਾਂ ਜਿਸ ਦਾ ਉਪਾਅ ਲੋਕ ਨੇ ਜੇ ਨਹੀਂ ਲੱਭ ਪਾ ਰਹੇ ਨੇ ਤਾਂ ਗਗਨਦੀਪ ਜੈਨ ਜੋ ਵੈਦ ਘੰਟਾ ਘਰ ਦੇ ਵਿੱਚ ਬੈਠਦੇ ਨੇ ਉੱਥੇ ਤੁਸੀਂ ਜ਼ਰੂਰ ਪਹੁੰਚੋ, ਅਤੇ ਨਾਲ ਨੰਬਰ ਸਾਰਾ ਕੁਝ ਮੈਂਸ਼ਨ ਕੀਤਾ ਹੋਇਆ। ਤਾਂ ਇਸ ਵੀਡੀਓ ਨੂੰ ਜਲਦੀ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਇਸ ਦਾ ਲਾਭ ਜਿਹੜਾ ਵੈ ਉਹ ਲੈ ਸਕਣ। ਕੈਮਰਾਮੈਨ ਪ੍ਰਿੰਸ ਦੇ ਨਾਲ ਦਾ ਸਿਟੀ ਹੈੱਡਲਾਈਨਸ, ਜੈ ਕੁਮਾਰ।